एक ऐसी वैश्विक महामारी जिससे सारा देश सिहर के बैठा है कहीं ना कहीं बहुत ज्यादा भूखमरी की शिकायत लोगों में देखने को मिल रही है लोगों को खाना नहीं मिल पा रहा लेकिन गुरुद्वारों की तरफ से एक बहुत ही अच्छा कदम उठाया जा रहा है कि घर घर लोगों तक राशन पहुंचाया जा रहा है खाना पहुंचाया जा रहा है ताकि कोई भी घर भूखा ना सो पाए आज हम पहुंचे हैं लुधियाना के आलमगीर में गुरुद्वारा मंजी साहिब एसटीपीसी में जहां पे हमने आपको दिखाया कि यहां की पवित्र रसोई साहिब में लाखों की तादाद में लोगों के लिए लंगर बनाया जा रहा है उन तक घर-घर लंगर पहुंचाया जा रहा है ताकि उन लोगों को भी दो वक्त की रोटी मिल सके अब हम आपको मिलवाएंगे गुरुद्वारा साहिब के मैनेजर मिस्टर रेशम सिंह जी से वही जी का खालसा वही जी की फतेह ਜੋ ਕਿ ਪਿਛਲੀ ਕਾਫੀ ਦਿਨਾ ਤੋਂ ਨਾਮਰਾਦ ਬਿਮਾਰੀ ਕਰੋਨਾ ਜੋ ਚੱਲੀ ਹੈ ਉਸ ਦੇ ਸਬੰਧ ਵਿੱਚ ਸਾਰੇ ਹੀ ਸੰਸਾਰ ਦੇ ਵਿੱਚ ਕਰਸ਼ੀ ਲੱਗਾ ਹੋਇਆ ਹੈ ਇਸ ਦੇ ਸਬੰਧ ਵਿੱਚ ਜੋ ਵੀ ਵਿਚਾਰੇ ਗਰੀਬ ਗੁਰਬਾਹ ਦਿਹਾੜੀਦਾਰੇ ਜੋ ਕਿ ਪ੍ਰਸ਼ਾਦਾ ਨਹੀਂ ਖਾ ਸਕਦੇ ਜੋ ਕਮਾ ਕੇ ਖਾਂਦੇ ਸੀਗੇ ਉਹਨਾਂ ਦੀ ਬਹੁਤ ਮੁਸ਼ਕਲ ਆਈ ਹੋਈ ਆ ਉਸ ਦੇ ਸਬੰਧ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਮੁੱਖ ਸਕੱਤਰ ਅਤੇ ਸਮਾਨਯੋਗ ਸਿੰਘ ਸਹੋਜਦੂ ਹੋਏ ਦੇ ਅਨੁਸਾਰ ਇਸ ਗੁਰਦੁਆਰਾ ਸੇਵਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਰ ਤਿਆਰ ਹੁੰਦਾ ਅਤੇ ਘੱਟੋ-ਘੱਟ 50-60 ਪਿੰਡਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੋਇਆ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਨਿਰੰਤਰ ਜਾਰੀ ਰਹੇਗਾ ਅਸੀਂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਇਹ ਜਿਹੜੀ ਬਿਮਾਰੀ ਨਾਮਰਾਦ ਬਿਮਾਰੀ ਆ ਇਹ ਮਹਾਰਾਜ ਜੀ ਇਸਿਲਦੀ ਤੋਂ ਜਲਦੀ ਖਤਮ ਕਰੋ ਔਰ ਲੋਕ ਆਪੂ ਆਪਣੇ ਵਸਦੇ ਘਰਾਂ ਦੇ ਰਹਿਣ ਇਹ ਜਿਹੜਾ ਪ੍ਰੋਗਰਾਮ ਸਾਡੇ ਮਾੜੀਓ ਮੈਂਬਰਸ਼ਿਪ ਚਲੋਰੀ ਕਰਤਰਾ ਪ੍ਰਬੰਧਕ ਕਮੇਟੀ ਹਰਮਨ ਸਿੰਘ ਜੱਲਾ ਔਰ ਸਮੂਹ ਸਟਾਫ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਹੜਾ ਸਮੂਹ ਸਥਾਪਕ ਆ ਉਹ ਦਿਨ ਰਾਤ ਵਿਚਾਰਾ ਇੱਕ ਕਰੀ ਬੈਠੇ ਹਨ ਤੇ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਪਏ ਹਨ ਮੈਂ ਬਹੁਤ ਬੋਤਲ ਵਰਦੀ ਹਨ ਮੈਂਬਰ ਸਾਹਿਬਾਨ ਦਾ ਔਰ ਸਮੂਹ ਸਥਾਪਕ ਦਾ ਜੀ ਵੈਗਰੀ ਚੀਕਾ ਖਾਲਸਾ ਵੈਗਰੀ ਚੀਕੀ ਫਤੇ ਕਿਨ ਆਪਸੇ ਜ਼ਰੂਰ ਪੁੱਛਣਾ ਚਾਹੇਂਗੇ ਇੱਕ ਪੂਰੀ ਟੀਮ ਕੋ हमने यहां पे काम करते हुए देखा जो सेवा कर रही है ਲੱਖੋ ਕੀ ਤਾਦਾਦ ਵਿੱਚ ਜੋ ਲੰਗਰ ਤਿਆਰ ਕੀਤਾ ਜਾ ਰਹਾ ਹੈ ਔਰ ਇਹ ਬਿਨਾਂ ਕਿਸੇ ਸਰਕਾਰੀ ਸਹਾਇਤਾ ਕੀ ਉਸ ਤਰਫ ਸੇ ਹੋ ਰਹਾ ਹੈ ਇਹ ਕਿਹਦਾ ਇੱਕ ਕਦਮ ਆਪ ਉਸਕੇ ਬਾਰੇ ਵਿੱਚ ਕੀ ਕਹਿਣਾ ਚਾਹੀਏ ਸਾਨੂੰ ਇੱਕ ਪੈਸੇ ਦੀ ਕੋਈ ਸਹਾਇਤਾ ਨਹੀਂ ਆਈ ਨਾ ਹੀ ਅਸੀਂ ਕਿਸੇ ਤੋਂ ਮੰਗਦੇ ਹਾਂ ਇਹ ਜੋ ਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਨਾ ਹੀ ਸਾਨੂੰ ਸਹਾਈਆ ਔਰ ਨਾ ਹੀ ਅਸੀਂ ਕਿਸੇ ਤੋਂ ਮੰਗੀਆ ਇਹ ਜੋ ਵੀ ਕਰ ਰਿਹਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਆਪ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਵਾਇਰੂ ਜੀ ਦਾ ਖਾਲਸਾ ਵਰ ਜੀ ਦੀ ਫਤਿਹ ਤੁਸੀਂ ਵੇਖ ਰਹੇ ਹੋ ਕਿ ਅੱਜ ਸਾਰਾ ਸੰਸਾਰ ਜਿਹੜਾ ਕਰੋਨਾ ਵਾਇਰਸ ਦੇ ਨਾਲ ਭੈ ਪੀਤ ਹੋਇਆ ਪਿਆ ਵਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਪ੍ਰਬੰਧਾਂ ਵਾਲੇ ਜਿਹੜੇ ਨੇ ਦੇਸ਼ ਛਟਲੀ ਤੇ ਅਮਰੀਕਾ ਵਰਗੇ ਉਹਨਾਂ ਦੇ ਪ੍ਰਧਾਨ ਮੰਤਰੀ ਪਰਮਾਤਮ ਦੇ ਅੱਗੇ ਗੋਡੇ ਟੇਕੇ ਨੇ ਲੇਕਿਨ ਸਭ ਤੋਂ ਵੱਡੀ ਜਿਹੜੀ ਅੱਜ ਦਿੱਕਤ ਆ ਰਹੀ ਹੈ ਸੰਸਾਰ ਦੇ ਵਿੱਚ ਖਾਸ ਕਰਕੇ ਆਪਣੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਜਿਹੜਾ ਗਰੀਬ ਗੁਰਬੇ ਲੋਕ ਨੇ ਜਿਨ੍ਹਾਂ ਨੂੰ ਇੱਕ ਰੋਜ਼ ਦੀ ਰੋਟੀ ਕਮਾਉਣ ਦੇ ਬੜਾ ਔਖਾ ਸੀਗਾ ਕੋਈ ਫੈਕਟਰੀ 'ਚ ਕੰਮ ਕਰਦਾ ਕੋਈ ਦਿਹਾੜੀ ਕਰਦਾ ਲੇਬਰ ਕਰਦਾ ਕਮਾ ਕੇ ਲਿਆ ਕੇ ਹਰ ਰੋਜ਼ ਬੱਚਾਂ ਦੇ ਮੂੰਹ 'ਚ ਪਰਸ਼ਾਦਾ ਪਾਉਂਦੇ ਸਨ ਅੱਜ ਵੱਡੀ ਦਿੱਕਤ ਆਈ ਹੈ ਤੇ ਅੱਜ ਇਸ ਔਖੇ ਸਮੇਂ ਦੇ ਵਿੱਚ ਸ਼ਿਰੋਣੀ ਗੁਰਦੁਆਰਾ ਪਰਵੰਤ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਜੀ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੇ ਆਦੇਸ਼ ਨੂੰ ਮੰਨਦੇ ਪਾਈ ਗੁਰਮਤ ਸਿੰਘ ਲੰਗਵਾਲ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਜਿੰਨੇ ਵੀ ਸ਼ਿਰੋਣੀ ਗੁਰਦੁਆਰਾ ਪਰਵੰਤ ਕਮੇਟੀ ਦੇ ਵੱਡੇ ਗੁਰਦੁਆਰੇ ਨੇ 70 ਦੇ ਕਰੀਬ ਉਹਨਾਂ ਦੇ ਵਿੱਚੋਂ ਸਾਰੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਵੇਖ ਰਹੇ ਹੋ ਕਿ ਗੁਰਦੁਆਰਾ ਆਲਮਗੀਰ ਸਾਹਿਬ ਜਿਹੜਾ ਬੰਜੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਖੜੇ ਪੈਣਿਆਂ ਦੇ ਵਿੱਚ ਆਏ ਸਨ ਇੱਥੋਂ ਲੰਗੋਵਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਅਧੀਨ ਸਰਦਾਰ ਰਿਸ਼ਮ ਸਿੰਘ ਜੀ ਮੈਨੇਜਰ ਇੱਥੋਂ ਦੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਦਿਨਾਂ ਤੋਂ ਲਗਾਤਾਰ 21 ਤਰੀਕ ਤੋਂ ਇੱਥੇ 18-20 ਹਜ਼ਾਰ ਦੇ ਕਰੀਬ ਲੋਕਾਂ ਦਾ ਲੰਗਰ ਇੱਥੋਂ ਜਾਂਦਾ ਹੈ ਵੇਖਣ ਵਾਲੀ ਗੱਲ ਇਹ ਹੈ ਵੀ ਇੱਥੋਂ ਪ੍ਰਸ਼ਾਸਨ ਵਾਲੇ ਵੀ ਲੈ ਕੇ ਜਾਂਦੇ ਨੇ ਪੁਲਿਸ ਵਿਭਾਗ ਦੀਆਂ ਗੱਡੀਆਂ ਵੀ ਚਾਰ-ਪੰਜ ਆਉਂਦੀਆਂ ਨੇ ਤੇ ਕਲੋਨੀਆਂ ਨੇ ਜਿਹੜੀਆਂ ਜਿੱਥੇ ਫੈਕਟਰੀ ਦੇ ਮਜ਼ਦੂਰ ਆ ਰਹੇ ਨੇ ਉਹ ਅੱਜ ਘਰਾਂ ਦੇ ਵਿੱਚ ਬੈਠੇ ਉਹਨਾਂ ਤੱਕ ਵੀ ਲੰਗਰ ਵੰਡਿਆ ਜਾ ਰਿਹਾ ਹੈ ਜਾ ਰਿਹਾ ਹੈ ਅਤੇ ਪਿੰਡਾਂ ਦੇ ਵਿੱਚ ਵੀ ਲੰਗਰ ਪਹੁੰਚਾਇਆ ਜਾ ਰਿਹਾ ਹੈ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਇੱਥੇ ਗੱਲਾਂ ਉੱਠਦੀਆਂ ਨੇ ਕਈ ਵਾਰੀ ਵੀ ਕਿ ਇੱਥੇ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਰਸਦਾਂ ਭੇਜੀ ਜਾਂਦੀਆਂ ਨਹੀਂ ਇਹ ਲੰਗਰ ਕਿਸੇ ਸਰਕਾਰੀ ਰਸਦਾਂ ਦੇ ਨਾਲ ਨਹੀਂ ਚੱਲਦੇ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਚਲਾਈ ਹੋਈ 20 ਰੁਪਏ ਦੀ ਜਿਹੜੀ ਐਫਡੀ ਕਰਾਈ ਹੋਈ ਹੈ ਉਹਨਾਂ ਦੇ ਨਾਲੇ ਚੱਲ ਰਹੇ ਨੇ ਤੇ ਇਹਦੇ ਅੰਦਰ ਇਹ ਇਸੇ ਤਰ੍ਹਾਂ ਲੋ ਲੰਗਰ ਚੱਬਦੇ ਰਹਿਣਗੇ ਮੈਂ ਇਹ ਵੀ ਅਨੁਭਵ ਕਰਦਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਥੋੜੇ ਦਿਨ ਪਹਿਲਾਂ ਗੱਲ ਚੱਲੀ ਸੀ ਕਿ ਪੰਜਾਬ ਦਾ ਮਜ਼ਦੂਰ ਬਾਹਰ ਜਾ ਰਿਹਾ ਤੇ ਅਸੀਂ ਇਹ ਸਾਰੀ ਜਿਹੜੀ ਐ ਸਿੱਖ ਕੌਮ ਜਿਹੜੀ ਕੈਸੀ ਕੌਮ ਐ ਜਿਹੜੀ ਹਮੇਸ਼ਾ ਗਰੀਬ ਐ ਕਿਉਂਕਿ ਗੁਰੂ ਦਾ ਸਿਧਾਂਤ ਐ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਐ ਇਸ ਕਰਕੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਘਰੌਣ ਦੀ ਲੋੜ ਨਹੀਂ गुरु घर दरवाजे सब दे हमेशा खुले ने वाहगुरु जी का खालसा वाहगुरु जी की फतेह एक बहुत अच्छा मैसेज है भी उनकी तरफ से मिला कि जब तक ये लॉकडाउन पीरियड रहेगा या जब तक ये वैश्विक महामारी की मार लोगों तक है तब तक यहाँ से लंगर घर घर में पहुँचता रहेगा कैमरामैन मैन अमनदीप के साथ शिप्रा बसरीजा टाइम्स पंजाब टीवी